ਹਾਂਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਘੱਟ ਬਜਟ ਵਾਲੀਆਂ ਵਧੀਆ ਕਾਰਾਂ ਬਾਰੇ ਜਿਹੜੀਆਂ ਤੁਹਾਨੂੰ 6 ਤੋਂ 7 ਲੱਖ ਰੁਪਏ ਦੇ ਵਿੱਚ ਵਧੀਆ ਕਾਰ ਵੀ ਮਿਲ ਜੇ ਤੁਹਾਡੇ ਪੈਸੇ ਵੀ ਇੰਨੇ ਜ਼ਿਆਦਾ ਨਾ ਲੱਗਣ ਤੇ ਮਾਈਲੇਜ ਵੀ ਤੁਹਾਨੂੰ ਵਧੀਆ ਮਿਲ ਜੇ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਟੌਪ 5 ਕਾਰਾਂ ਇਹਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਆਪਾਂ ਛੇਤੀ ਮਕਾ ਦਾਂਗੇ ਕਿਉਂਕਿ ਤੁਹਾਡੇ ਕੋਲ ਸਮਾਂ ਬਹੁਤ ਜ਼ਿਆਦਾ ਘੱਟ ਹੁੰਦਾ ਮੈਂ ਚੰਗੀ ਤਰ੍ਹਾਂ ਜਾਣਦਾ ਤੇ 5ਵੇਂ ਨੰਬਰ ਤੇ ਆ ਦੋਸਤੋ अल्टੋ अल्टੋ K10 अल्टो ਜਿਹੜੀ ਨਾਰਮਲ 800 ਆਉਂਦੀ ਸੀ ਉਹ ਬੰਦ ਕਰ ਦਿੱਤੀ ਗਈ ਆ ਸੇਫਟੀ ਨੂੰ ਲੈ ਕੇ ਉਹ ਬੰਦ ਕੀਤੀ ਗਈ ਆ ਔਰ अल्टੋ K10 ਜਿਹੜੀ ਹੈ ਇਹਦੇ ਵਿੱਚ ਕੈਬਨ ਸਪੇਸ ਤੁਹਾਨੂੰ ਠੀਕ ਠਾਕ ਮਿਲ ਜਾਂਦੀ ਹੈ ਕੋਈ ਬਹੁਤੀ ਜ਼ਿਆਦਾ ਵਧੀਆ ਨਹੀਂ ਮਿਲਦੀ ਪਰ ਟਾਈਮ ਪਾਸ ਕਰ ਲਈ ਬਹੁਤ ਜ਼ਿਆਦਾ ਵਧੀਆ ਹੈ ਸਮਝੋ ਕਿ अल्टੋ K10 ਜਿਹੜੀ ਹੈ ਇੰਡੀਆ ਦੀ ਸਭ ਤੋਂ ਸਸਤੀ ਕਾਰ ਹੈਗੀ ਹੈ ਇਸ ਟਾਈਮ ਔਰ ਦੋਸਤੋ ਇਹਦੇ ਵਿੱਚ ਬੂਟ ਸਪੇਸ ਵੀ 214 ਲੀਟਰ ਦੀ ਤੁਹਾਨੂੰ ਮਿਲ ਜਾਂਦੀ ਹੈ ਗੱਲ ਜੇ ਐਵਰੇਜ ਦੀ ਕਰੀਏ ਮਾਈਲੇਜ ਦੀ ਕਰੀਏ ਤੇ 25 ਕਿਐਮਪੀਐਲ ਦੀ ਮਾਈਲੇਜ ਇਹਦੇ ਵਿੱਚ ਤੁਹਾਨੂੰ ਪੈਟਰੋਲ ਦੇ ਵਿੱਚ ਮਿਲ ਜੂਗੀ ਜੇ ਤੁਸੀਂ ਸੀਐਨਜੀ ਚ ਲਾਓਗੇ ਇਹ ਤੁਹਾਨੂੰ 34 ਕਿਲੋਮੀਟਰ ਦੀ ਐਵਰੇਜ ਦੇਊਗੀ ਪਰ ਕਿਲੋ ਦੇ ਹਿਸਾਬ ਨਾਲ ਸੀਐਨਜੀ ਦੇ ਵਿੱਚ ਦੀ ਹੈ ਮਾਈਲੇਜ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਤੇ ਇਹ ਜੇ ਸੇਫਟੀ ਰੇਟਿੰਗ ਦੀ ਗੱਲ ਕਰੀਏ ਤੇ ਜਿੱਥੇ ਮਰੂਤੀ ਦੀ ਗੱਲ ਆ ਜਾਂਦੀ ਹੈ ਉੱਥੇ ਸੇਫਟੀ ਦਾ ਤੇ ਤੁਸੀਂ ਸੋਚਿਆ ਹੀ ਨਾ ਕਰੋ ਫਿਰ ਵੀ ਚਲੋ ਮਾੜੀ ਮੋਟੀ ਇਹਦੀ ਸੇਫਟੀ ਰੇਟਿੰਗ ਠੀਕ ਰਹੀ ਆ ਐਨਸੀਏਪੀ ਵੱਲੋਂ 2 ਸਟਾਰ ਸੇਫਟੀ ਰੇਟਿੰਗ ਇਹਨੂੰ ਦਿੱਤੀ ਗਈ ਆ ਤੇ ਬਾਕੀ ਭਾਰਤ ਐਨ ਕੈਪ ਵੀ ਸ਼ੁਰੂ ਹੋ ਗਿਆ ਵਾ ਬਸ ਸਮਝੋ ਤੇ ਜਦੋਂ ਇਹੋ ਹੀ ਅਲਟੋ ਭਾਰਤ ਐਨ ਕੈਪ ਦੇ ਵਿੱਚ ਜਾਊਗੀ ਤੇ ਮੈਨੂੰ ਪੱਕੀ ਉਮੀਦ ਆ ਕਿ ਉੱਥੇ 5 ਸਟਾਰ ਤੇ ਲੈ ਕੇ ਹੀ ਆਊਗੀ ਕਿਉਂਕਿ ਮਰੂਤੀ ਨਾਲ ਸਰਕਾਰਾਂ ਦੀ ਸਾਂਝ ਬਹੁਤ ਜ਼ਿਆਦਾ ਵਧੀਆ ਵਾ ਤੇ ਜੇ ਜੇ ਰੇਟ ਦੀ ਗੱਲ ਕਰਨੀ ਹੈ ਤੇ 5,90,000 ਤੇ ਦਾ ਤੁਹਾਨੂੰ ਟਾਪ ਮਾਡਲ ਮਿਲ ਜੂਗਾ ਤੁਹਾਨੂੰ ਔਨ ਰੋਡ ਮਿਲੇਗਾ ਤੇ ਜੇ ਆਟੋਮੈਟਿਕ ਤੁਸੀਂ ਲੈਣਾ ਤਾਂ 6.5 ਲੱਖ ਰੁਪਏ ਜੀ ਤੁਹਾਨੂੰ ਔਨ ਰੋਡ ਮਿਲ ਜੂਗਾ ਜੇ ਤੁਸੀਂ ਸੀਐਨਜੀ ਤੇ ਲੈਣਾ ਤਾਂ 6,60,000 ਰੁਪਏ ਦੇ ਵਿੱਚ ਤੁਹਾਨੂੰ ਉਨ ਰੋਡ ਮਿਲ ਜੂਗਾ ਅੱਗੇ ਗੱਲ ਕਰ ਲਈਏ ਚੌਥੇ ਨੰਬਰ ਤੇ ਦੋਸਤੋ ਵੈਗਨਰ ਮਰੂਤੀ ਸੁਜ਼ੂਕੀ ਘੱਟ ਰੇਟ ਵਾਲੀਆਂ ਗੱਡੀਆਂ ਜ਼ਿਆਦਾ ਬਣਾਉਂਦੀ ਹੈ ਇਸ ਕਰਕੇ ਇਹਦੇ ਵਿੱਚ ਤੁਹਾਨੂੰ ਮਰੂਤੀ ਦੀਆਂ ਗੱਡੀਆਂ ਜ਼ਿਆਦਾ ਮਿਲਣਗੀਆਂ ਵੈਗਨਰ ਦੋਸਤੋ 6 ਲੱਖ ਰੁਪਏ 'ਚ ਤੁਹਾਨੂੰ ਸਟਾਰਟਿੰਗ ਹੋ ਜਾਂਦੀ ਹੈ ਜਿਹੜਾ VXI ਵੇਰੀਐਂਟ ਆ VXI ਵੇਰੀਐਂਟ ਦੇ ਵਿੱਚ ਤੁਹਾਨੂੰ ਫੀਚਰਸ ਵੀ ਵਧੀਆ ਮਿਲਣਗੇ ਜਿਹੜੇ ਤੁਹਾਡੇ ਲੋੜ ਮੁਤਾਬਕ ਠੀਕ ਰਹਿਣਗੇ ਇਹਦੇ 'ਚ 1.2 ਲੀਟਰ 4 ਸਿਲੰਡਰ ਇੰਜਨ ਆਊਗਾ ਇਹੋ ਹੀ ਇਹਦੇ 'ਚ ਖਾਸ ਆ ਕਿ ਪਹਿਲਾਂ ਤੁਹਾਨੂੰ ਕੇਟਾ ਦੇ 'ਚ 3 ਸਿਲੰਡਰ ਮਿਲਦਾ ਹੈਗਾ ਹੁਣ ਤੁਹਾਨੂੰ ਫੋਰਸ ਅੰਡਰ ਇੰਜਨ ਮਿਲਣਾ ਸਟਾਰਟ ਹੋ ਗਿਆ ਵੈਗਨਰ ਤੁਹਾਨੂੰ ਪੈਟਰੋਲ ਔਰ ਸੀਐਨਜੀ ਦੇ ਵਿੱਚ ਮਿਲ ਜੂਗੀ ਤੇ ਇਹਦੀ 341 ਲੀਟਰ ਦੀ ਬੂਟ ਸਪੇਸ ਆ ਕੈਬਨ ਸਪੇਸ ਇਹਦੀ ਦੱਸਣ ਦੀ ਲੋੜ ਨਹੀਂ ਆ ਹਰੇਕ ਬੰਦਾ ਹੀ ਜਾਣਦਾ ਹਰੇਕ ਬੰਦਾ ਹੀ ਵੈਗਨਰ ਦੇ ਵਿੱਚ ਕਦੇ ਨਾ ਕਦੇ ਤਾਂ ਬੈਠੇ ਹੁੰਦਾ ਕੈਬਨ ਸਪੇਸ ਬਹੁਤ ਵਧੀਆ ਰਹਿੰਦੀ ਆ ਕਮਰਸ਼ੀਅਲ ਦੇ ਵਿੱਚ ਟੈਕਸੀ ਦੇ ਵਿੱਚ ਵੱਡਿਆਂ ਸ਼ਹਿਰਾਂ ਦੇ ਵਿੱਚ ਵੈਗਨਰ ਨੰਬਰ 1 ਤੇ ਸੇਲ ਹੁੰਦੀ ਆ ਸੀਐਨਜੀ ਦੇ ਵਿੱਚ ਤੁਹਾਨੂੰ ਐਲਐਕਐਸਆਈ ਜਿਹੜਾ ਉਹ 7,25,000 ਦਾ ਮੈਨੂੰਗਾ ਔਨ ਰੋਡ ਤੇ ਜੇ ਤੁਸੀਂ VXI ਲੈਂਦੇ ਹੋ ਆਟੋਮੈਟਿਕ ਉਹ ਤੁਹਾਨੂੰ 7 ਲੱਖ 40 ਹਜ਼ਾਰ ਚ ਮਿਲ ਜੂਗਾ ਪਰ ਇਹਦੇ ਚ CNG ਨਹੀਂ ਮਿਲਣੀ ਸਿਰਫ ਤੁਹਾਨੂੰ ਪੈਟਰੋਲ ਦੇ ਵਿੱਚ ਮਿਲੂਗਾ ਔਰ ਇਹਦੇ ਚ ਸੇਫਟੀ ਦੀ ਤੇ ਤੁਹਾਨੂੰ ਦੱਸਿਆ ਗੱਲ ਕਰਨ ਦੀ ਲੋੜ ਨਹੀਂ ਫਿਰ ਵੀ ਤੁਹਾਨੂੰ ਦੱਸ ਦੇਣਾ 1 ਸਟਾਰ NCAP ਨੇ ਇਹਨੂੰ ਦਿੱਤਾ ਹੈ ਤੇ ਸੇਫ ਤੇ ਬਿਲਕੁਲ ਹੀ ਹੈ ਨਹੀਂ ਗੀ ਗੱਡੀ ਅੱਗੇ ਹੁਣ ਗੱਲ ਕਰਨ ਲੇਨੇ ਆ ਕਿ ਗੱਡੀ ਸੇਫ ਵੀ ਹੈ ਤੇ ਰੇਟ ਵੀ ਘਟਾ ਫੀਚਰਸ ਵੀ ਵਧੀਆ ਉਹ ਹੈਗੀ ਜੀ ਤੀਸਰੇ ਨੰਬਰ ਤੇ Tata ਦੀ Tiago ਮੇਰੀਆਂ ਨਜ਼ਰਾਂ ਚ ਬਹੁਤ ਜ਼ਿਆਦਾ ਬੈਸਟ ਕਾਰ ਆ ਕਿਉਂਕਿ ਮੈਂ ਵੀ 4-5 ਸਾਲ ਹੈ ਗੱਡੀ ਚਲਾਈ ਆ ਬਹੁਤ ਜ਼ਿਆਦਾ ਰਫ ਐਂਡ ਟਫ ਚਲਾਈ ਆ ਅੱਧੇ ਵੱਡ ਇੰਡੀਆ ਇਹਦੇ ਚ ਮੈਂ ਘੁੰਮਿਆ ਹੈਗਾ ਟਿਆਗ ਉਹਦੇ ਵਿੱਚ ਤੇ ਮੇਰੇ ਕੋ ਵੀ ਐਕਸਟੀ ਵੇਰੀਐਂਟ ਹੈਗਾ ਹੈਗਾ ਤੇ ਐਕਸਟੀ ਆਪਸ਼ਨਲ ਜਿਹੜਾ ਇਹ ਤੁਹਾਨੂੰ 6 ਲੱਖ ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗਾ ਇਹਦੇ ਚ 1.2 ਲੀਟਰ 3 ਸਿਲੰਡਰ ਇੰਜਨ ਆਉਂਦਾ ਜਿਹੜਾ ਕਿ ਪੈਟਰੋਲ ਦੇ ਵਿੱਚ ਮਿਲੂਗਾ ਤੇ ਇਹ ਸੀਐਨਜੀ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਈਵੀ ਦੇ ਵਿੱਚ ਹੀ ਮਿਲ ਜੂਗਾ ਪਰ ਉਹਨਾਂ ਦੇ ਵਿੱਚ ਰੇਟ ਤੁਹਾਡਾ ਵਾਝੂਗਾ ਤੇ 19.1 ਕਿਐਮਪੀਐਲ ਦੀ ਮਾਈਲੇਜ ਕੰਪਨੀ ਵੱਲੋਂ ਇਹਦੀ ਦੱਸੀ ਜਾਂਦੀ ਹੈ ਕੈਬਨ ਸਪੇਸ ਇਹਦੇ ਚ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਕੰਫਰਟੇਬਲ ਲੱਗਦੀ ਹੈ ਜਦੋਂ ਆਪਾਂ ਇਹਨੂੰ ਬੈਠ ਕੇ ਚਲਾਉਨੇ ਆਂ ਤੇ ਇਹਦੀਆਂ ਚਾਰੇ ਨੁਕੜਾਂ ਲੱਭਦੀਆਂ ਅਗਲਾ ਜਿਹੜਾ ਫਰੰਟ ਦਾ ਵਿਊ ਆ ਉਹ ਬਹੁਤ ਜ਼ਿਆਦਾ ਵਧੀਆ ਹੈ ਇਹਦੇ ਵਿੱਚ ਤੁਹਾਨੂੰ 242 ਲੀਟਰ ਦੀ ਬੂਟ ਸਪੇਸ ਮਿਲ ਜੂਗੀ ਤੇ NCAP ਵੱਲੋਂ 4 ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਹੈ ਤੇ 3 ਸਟਾਰ ਇਹਨੂੰ ਚਾਈਲਡ ਦੇ ਵਿੱਚ ਸੇਫਟੀ ਰੇਟਿੰਗ ਦਿੱਤੀ ਗਈ ਹੈ XC ਵੇਰੀਐਂਟ ਤੁਹਾਨੂੰ CNG ਦੇ ਵਿੱਚ ਮਿਲ ਜੂਗਾ EV ਦੇ ਵਿੱਚ ਵੀ ਮਿਲ ਜੂਗਾ ਇਹ ਤੁਹਾਨੂੰ ਕੰਪਲੀਟ ਪੈਕੇਜ ਜਿਹੜਾ ਹੈ ਤੁਹਾਨੂੰ XT ਵੇਰੀਐਂਟ ਦੇ ਵਿੱਚ ਮਿਲ ਜੂਗਾ ਜਿਹੜਾ 6 ਲੱਖ ਦੇ ਕਰੀਬ ਆ ਜਾਂਦਾ ਇਹ ਚ ਤੁਹਾਨੂੰ ਕੁਝ ਵੀ ਆਫਟਰ ਮਾਰਕੀਟ ਲਵਾਉਣ ਦੀ ਲੋੜ ਨਹੀਂ ਪੈਂਦੀ ਅੱਗੇ ਗੱਲ ਕਰ ਲਈਏ ਤੇ ਦੂਸਰੇ ਨੰਬਰ ਤੇ ਆ ਜਿਹੜੀ ਕਿ ਇੰਡੀਆ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਜਿਹੜੀ ਕਾਰ ਪਹਿਲਾਂ ਪਿੰਡਾਂ ਦੇ ਵਿੱਚ ਇੰਨੀ ਜ਼ਿਆਦਾ ਪਸੰਦ ਨਹੀਂ ਕੀਤੀ ਜਾਂਦੀ ਹੁਣ ਪਿੰਡਾਂ ਚ ਵੀ ਇਹਦੀ ਸੇਲ ਵਧੀਆ ਹੋਣ ਲੱਗੀ ਹੈ ਮੈਂ ਗੱਲ ਕਰ ਰਿਹਾ ਟਾਟਾ ਪੰਜ ਦੀ ਪੰਜ ਦੋਸਤੋ ਤੁਹਾਨੂੰ ਪਿਓਰ ਵੇਰੀਐਂਟ ਜਿਹੜਾ ਉਹ 6 ਲੱਖ ਰੁਪਏ ਦਾ ਵੀ ਮਿਲ ਜੂਗਾ ਐਕਸ-ਸ਼ੋਰਮ ਪ੍ਰਾਈਸ ਤੇ ਜੇ ਪਿਓਰ ਦੇ ਵਿੱਚ ਐਕਸ ਵੇਰੀਐਂਟ ਲੈਂਦੇ ਹੋ ਤਾਂ ਉਹ ਤੁਹਾਨੂੰ 6 ਲੱਖ 35 ਹਜ਼ਾਰ ਰੁਪਏ ਦੇ ਵਿੱਚ ਮਿਲ ਜੂਗਾ ਜਿਹਦੇ ਵਿੱਚ ਮਿਊਜ਼ਿਕ ਸਿਸਟਮ ਵੀ ਆਊਗਾ ਚਾਰ ਸਪੀਕਰ ਵੀ ਨਾਲ ਮਿਲ ਜਾਣਗੇ ਸਟੀਅਰਿੰਗ ਕੰਟਰੋਲ ਵੀ ਮਿਲ ਕਾਜ਼ ਗੱਲ ਐ ਕਿ ਐਮਸੀਏਪੀ ਵੱਲੋਂ 5 ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਆ ਤੇ ਮਾਈਲੇਜ ਵੀ ਦੀ ਬਹੁਤ ਵਧੀਆ ਇਹ ਤੁਹਾਨੂੰ ਸੀਐਨਜੀ ਦੇ ਵਿੱਚ ਵੀ ਮਿਲ ਜੂਗੀ ਔਰ ਇਹਦੇ ਵਿੱਚ 366 ਲੀਟਰ ਦੀ ਬੂਟ ਸਪੇਸ ਵੀ ਮਿਲ ਜੂਗੀ ਤਕਰੀਬਨ 20 ਕਿਐਮਪੀਐਲ ਦੀ ਮਾਈਲੇਜ ਜਿਹੜੀ ਹੈ ਕੰਪਨੀ ਵੱਲੋਂ ਕਲੇਮ ਕੀਤੀ ਜਾਂਦੀ ਆ ਤੇ ਮੇਰੀ ਨਜ਼ਰ 'ਚ ਤੇ ਬਹੁਤ ਹੀ ਜ਼ਿਆਦਾ ਵਧੀਆ ਗੱਡੀ ਹੈਗੀ ਆ ਪੰਜ ਅੱਗੇ ਦੋਸਤੋ ਪਹਿਲੇ ਨੰਬਰ ਤੇ ਆ ਜਿਹੜੀ ਕਿ ਇਸ ਸੈਗਮੈਂਟ ਦੀ ਕਿੰਗ ਮੰਨੀ ਜਾਂਦੀ ਆ ਪਰ ਉਹਦੀ ਸੇਲ ਇੰਨੀ ਵਧੀਆ ਨਹੀਂ ਹੁੰਦੀ ਫੀਚਰਸ ਵੀ ਵਧੀਆ ਨੇ ਸੇਫਟੀ ਰੇਟਿੰਗ ਵੀ ਵਧੀਆ ਹੈ ਉਹ ਹੈਗੀ ਜੀ ਨਿਸ਼ਾਨ ਦੀ ਮੈਗਨਾਈਟ ਜਿਹੜੀ ਕਿ 1 ਲੀਟਰ 3 ਸਿਲੰਡਰ પેટ્રોલ ਇੰਜਨ ਦੇ ਨਾਲ ਮਿਲਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਮਾਈਲੇਜ ਜਿਹੜੀ ਹੈ 19.35 ਕੇਐਮਪੀਐਲ ਦੀ ਕੰਪਨੀ ਵੱਲੋਂ ਦੱਸੀ ਜਾਂਦੀ ਹੈ 336 ਲੀਟਰ ਦੀ ਵਿੱਚ ਬੂਟ ਸਪੇਸ ਮਿਲ ਜਾਂਦੀ ਹੈ ਚਾਰੇ ਪਾਵਰ ਵਿੰਡਰ ਮਿਲ ਜਾਣਗੇ ਟੀਪੀਐਸ ਸਿਸਟਮ ਮਿਲ ਜਾਊਗਾ ਫੀਚਰਸ ਦੇ ਨਾਮ ਦੇ ਵਿੱਚ ਇਹ ਗੱਡੀ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਤਾਂ ਹੀ ਇਹਨੂੰ ਫਰਸਟ ਨੰਬਰ ਤੇ ਆਪਾਂ ਰੱਖਿਆ ਇਹਦੇ ਵਿੱਚ ਤੁਹਾਨੂੰ ਸਿਰਫ 뮤직 ਸਿਸਟਮ ਲਵਾਉਣਾ ਪੈਣਾ ਬੇਸ ਵੇਰੀਐਂਟ ਦੇ ਵਿੱਚ ਉਹ ਨਹੀਂ ਮਿਲੂਗਾ ਔਰ 4 ਸਟਾਰ ਐਮਸੀਏਪੀ ਦੀ ਰੇਟਿੰਗ ਇਹਦੇ ਵਿੱਚ ਮਿਲ ਜਾਂਦੀ ਆ ਤੇ ਇਹ ਜਿਹੜਾ ਵੇਰੀਐਂਟ ਤੁਹਾਨੂੰ ਐਕਸ ਵੇਰੀਐਂਟ ਤੁਹਾਨੂੰ 6 ਲੱਖ ਰੁਪਏ ਦੇ ਵਿੱਚ ਸਟਾਰਟ ਹੋ ਜਾਂਦਾ ਤੇ ਜੇ ਤੁਸੀਂ ਚਾੜੇ ਕੀ ਆਰਪੀਆ ਹੋਰ ਦਿੰਦੇ ਹੋ ਤਾਂ ਤੁਹਾਨੂੰ ਆਟੋਮੈਟਿਕ ਦੇ ਵਿੱਚ ਵੀ ਇਹ ਗੱਡੀ ਮਿਲ ਜਾਂਦੀ ਹੈ। ਇਹ ਗੱਡੀ ਦੀ ਖਾਸੀਅਤ ਐ ਵਾ ਕਿ ਇਸ ਗੱਡੀ ਦੇ ਵੇਰੀਐਂਟ ਜਿਹੜੇ ਬਾਕੀ ਗੱਡੀਆਂ ਦੇ ਨਾਲ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਤੇ ਫੀਚਰਸ ਇਹਦੇ ਵਿੱਚ ਬਹੁਤ ਜ਼ਿਆਦਾ ਮਿਲਦੇ ਨੇ। ਸੋ ਦੋਸਤੋ ਇਹ ਸੀਗੀਆਂ ਉਹ ਪੰਜ ਕਾਰਾਂ ਜਿਹੜੀਆਂ ਤੁਹਾਨੂੰ 6-7 ਲੱਖ ਦੀ ਰੇਂਜ ਦੇ ਵਿੱਚ ਮਿਲ ਜਾਂਦੀਆਂ ਤੇ ਇਹ ਬੜੀਆਂ ਹੀ ਘੱਟ ਬਜਟ ਦੇ ਵਿੱਚ ਵਧੀਆ ਕਾਰਾਂ ਰਹਿਣੀਆਂ ਪੈਸੇ ਵੀ ਜ਼ਿਆਦਾ ਨਹੀਂ ਖਰਚਣੇ ਪੈਂਦੇ ਮਾਈਲੇਜ ਵੀ ਵਧੀਆ ਮਿਲ ਜਾਂਦੀ ਹੈ। ਜੇ ਤੁਸੀਂ ਪਹਿਲੀ ਕਾਰ ਖਰੀਦਣ ਜਾ ਰਹੇ ਹੋ ਤੇ ਇਹ ਜਿਹੜੀ ਵੀਡੀਓ ਤੁਹਾਡੇ ਲਈ ਬੜੀ ਜ਼ਿਆਦਾ ਲਾਹੇਵੰਦ ਆ। ਇਹ ਤੁਹਾਡੀਆਂ 5 ਕਾਰਾਂ ਜਿਹੜੀਆਂ ਤੁਹਾਡਾ ਕਨਫਿਊਜ਼ਨ ਦੂਰ ਕਰਨਗੀਆਂ। ਇਹਨਾਂ ਪੰਜਾਂ ਦੇ ਵਿੱਚੋਂ ਆਪਣੇ ਬਜਟ ਦੇ ਹਿਸਾਬ ਨਾਲ ਆਪਣੇ ਕੰਫਰਟ ਦੇ ਹਿਸਾਬ ਨਾਲ ਜਿਹੜੀ ਮਰਜ਼ੀ ਤੁਸੀਂ ਗੱਡੀ ਚੂਜ਼ ਕਰ ਸਕਦੇ ਹੋ। ਸੋ ਦੋਸਤੋ ਮਿਲਦੇ ਹਾਂ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ।